ਅਸੀਂ ਇੰਨੀ ਦੇ ਧੰਨਵਾਦੀ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਜਿਨ੍ਹਾਂ ਨੇ ਇਸ ਸੰਘਰਸ਼ ਦਾ ਝੰਡਾ ਡੰਡਾ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਔਰ ਰੋਡ ਰੋਡ ਕਿਸਾਨ ਮਜ਼ਦੂਰ ਸੰਘਰਸ਼ ਯੂਨੀਅਨ ਜਿਨ੍ਹਾਂ ਨੇ ਅਸੀਂ ਨਵੇਂ ਨਵੇਂ ਯੂਨੀਅਨ ਨੂੰ ਕਿਸਾਨ ਯੂਨੀਅਨ ਦੇ ਨੁਮਾਇੰਦੇ ਅਤੇ ਵਰਕਰ ਸਾਹਿਬਾਨ ਅਤੇ ਸੜਕ ਨਾਲ ਰਿਲੇਟਡ ਪਹੁੰਚੇ ਹੋਏ ਜਿਮੀਦਾਰ ਭਰਾਵੋ ਅਤੇ ਮੇਰੀਆਂ ਬੀਬੀਆਂ ਭੈਣੋ, ਮੈਂ ਸਭ ਨੂੰ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਵੀਰੋ, ਛੋਟੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਵੀ ਜੀ, ਅੱਜ ਤੋਂ ਡੇਢ ਸਾਲ ਪਹਿਲਾਂ ਜਦੋਂ ਸਰਕਾਰ ਨੇ ਜ਼ਮੀਨਾਂ ਅਕਵਾਇਰ ਕਰਨ ਦੀ ਤਿਆਰੀ ਕੀਤੀ, ਸਾਨੂੰ ਉਸੇ ਟਾਈਮ ਪਤਾ ਚੱਲਿਆ ਵੀ ਇਹ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਲੁੱਟ ਦੇ ਭਾਲ ਜਾਣਾ ਚਾਹੁੰਦੇ ਨੇ। ਕਿਉਂਕਿ ਲੁਧਿਆਣੇ ਜ਼ਿਲ੍ਹੇ ਦੇ ਐਤੀਆਣਾ ਪਿੰਡ ਦੀ ਜ਼ਮੀਨ, ਉੱਥੇ ਦੇ ਜ਼ਿਮੀਦਾਰਾਂ ਦਾ ਇੱਕਾ ਨਾ ਹੋਣ ਕਾਰਨ ਮੁਫ਼ਤ ਦੇ ਭਾਲ ਲੈ ਗਏ ਸੀ। ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਉਸੇ ਟਾਈਮ ਪ੍ਰਸ਼ਾਸਨ ਨੂੰ ਮਿਲਣਾ ਸ਼ੁਰੂ ਕੀਤਾ। ਜਦੋਂ ਅਸੀਂ ਮਿਲਦੇ ਰਹੇ, ਉਸ ਟਾਈਮ ਕਾਂਗਰਸ ਗੌਰਮੈਂਟ ਦੀ ਸਰਕਾਰ ਸੀ। ਅਸੀਂ ਇੱਕ ਪੰਜਾਬ ਪੱਧਰੀ ਜਥੇਬੰਦੀ ਬਣਾਈ, ਕਿਉਂਕਿ ਜਦੋਂ ਇਹ ਕੰਮ ਚੱਲਿਆ ਉਦੋਂ ਦਿੱਲੀ ਮੋਰਚਾ ਸ਼ੁਰੂ ਹੋ ਚੁੱਕਿਆ ਸੀ, ਜਥੇਬੰਦੀਆਂ ਜ਼ਿਆਦਾ ਦਿੱਲੀ ਵਿੱਚ ਪਹੁੰਚੀਆਂ ਹੋਈਆਂ ਸੀਗੀਆਂ। ਇਸ ਲਈ ਅਸੀਂ ਉਹ ਜਥੇਬੰਦੀ ਬਣਾ ਕੇ ਸਰਕਾਰ ਨਾਲ ਮੀਟਿੰਗਾਂ ਸ਼ੁਰੂ ਕੀਤੀਆਂ। ਮੀਟਿੰਗਾਂ ਸ਼ੁਰੂ ਹੋਣ ਤੋਂ ਬਾਅਦ ਪਰ ਸਰਕਾਰ ਦੀ ਜੋ ਨੀਅਤ ਸੀ, ਉਹਨਾਂ ਨੇ ਸਾਨੂੰ ਅਸਲ ਮੁਆਵਜ਼ਾ ਦੇਣ ਦੀ ਜਗ੍ਹਾ ਆਪਦੀ ਮਰਜ਼ੀ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਜ਼ਮੀਨਾਂ ਜੋ ਅਕਵਾਇਰ ਕੀਤੀਆਂ ਉਹਨੂੰ ਦੋ ਪੈਮਾਨੇ ਬਣਾਏ ਗਏ। ਪਹਿਲਾਂ ਪੰਜਾਬ ਦੇ 6 ਜ਼ਿਲ੍ਹਿਆਂ ਦੀ ਜ਼ਮੀਨ ਅਕਵਾਇਰ ਹੋਈ, ਜੋ ਲੁਧਿਆਣੇ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਉਹਦੇ ਲਈ ਪੈਮਾਨਾ ਹੋਰ ਰੱਖਿਆ ਗਿਆ। ਉਸ ਪੈਮਾਨੇ ਮੁਤਾਬਕ ਜ਼ਮੀਨ ਦਾ ਰੇਟ ਆ ਜਿਹੜਾ, ਜੋ 2013 ਐਕਟ ਬਣਿਆ ਜ਼ਮੀਨਾਂ ਅਕਵਾਇਰ ਦੇ ਮਾਮਲੇ ਵਿੱਚ, ਉਹਦੇ ਵਿੱਚ ਇੱਕ ਸੱਬੀ ਸੈਕਸ਼ਨ ਆਉਂਦਾ। ਸੱਬੀ ਸੈਕਸ਼ਨ ਨੂੰ ਆਧਾਰ ਮੰਨ ਕੇ ਇਹਨਾਂ ਨੇ ਜ਼ਮੀਨਾਂ ਦੇ ਜੋ ਰੇਟ ਸੀ ਕਲੈਕਟਰ ਰੇਟਾਂ ਮੁਤਾਬਕ ਪਾਏ ਗਏ। ਜਦੋਂ ਦੁਬਾਰਾ ਦੂਜੀ ਵਾਰ ਅਕਵਾਇਰ ਹੋਣ ਲੱਗੀਆਂ, ਜਿਹਦੇ ਵਿੱਚ ਸੰਗਰੂਰ, ਮਲੇਰਕੋਟਲਾ, ਪਟਿਆਲਾ, ਮੋਗਾ, ਬਠਿੰਡਾ, ਇਹਨਾਂ ਜ਼ਮੀਨਾਂ ਨੂੰ ਅਕਵਾਇਰ ਕਰਨ ਵਾਲੀ ਏਜੰਸੀ ਹੋਰ ਸੀ, ਉੱਥੇ ਇੱਕ ਸੈਕਸ਼ਨ 27 ਆਉਂਦਾ, ਉਸ ਦੇ ਮੁਤਾਬਕ ਜ਼ਮੀਨ ਅਕਵਾਇਰ ਕੀਤੀ ਗਈ। 27 ਦਾ ਮਕਸਦ ਇਹ ਆ, ਜੇ ਕਿਤੇ ਕਲੈਕਟਰ ਰੇਟ ਘੱਟ ਨੇ ਉਸ ਜ਼ਿਲ੍ਹੇ ਦੇ, ਉਸ ਦਾ ਇੱਕ ਕਲਸਟਰ ਬਣਾ ਲਿਆ ਜਾਂਦਾ, ਆਲੇ ਦੁਆਲੇ ਦੇ ਵੱਡੇ ਪਿੰਡਾਂ ਨੂੰ ਦੇਖ ਕੇ ਜਾਂ ਉਹ ਰੋਡ ਦੇ ਸੰਬੰਧਿਤ ਕੋਈ ਪਿੰਡ ਦਾ ਵੱਡਾ ਕਲੈਕਟਰ ਰੇਟ ਆ ਜਾਂਦਾ। ਜਿਵੇਂ ਕਿ ਪਟਿਆਲੇ ਦੇ ਵਿੱਚ ਧੱਗੇ ਕਸਬੇ ਦਾ ਜਿਹੜਾ ਰੇਟ ਸੀ ਉਹ ਵੱਡਾ ਸੀ, ਉਸ ਨੂੰ ਆਧਾਰ ਮੰਨ ਕੇ ਸਾਰੇ ਪਟਿਆਲੇ ਜ਼ਿਲ੍ਹੇ ਦਾ ਰੇਟ ਆ ਜਿਹੜਾ ਯੂਨੀਫਾਰਮ ਅਵਾਰਡ ਕਹਿੰਦੇ ਆ, ਉਹਦੇ ਮੁਤਾਬਕ ਪਾ ਦਿੱਤਾ, ਜੋ ਕਿ ਉੱਥੇ ਦੇ ਜ਼ਿਮੀਦਾਰਾਂ ਨੇ ਉਸ ਨੂੰ ਸਵੀਕਾਰ ਕਰ ਲਿਆ। ਉਸੇ ਦਾ ਪੈਮਾਨਾ ਸੀ ਜਿਹੜਾ ਅੱਗੇ ਦੂਜੇ ਡਿਸਟ੍ਰਿਕਟ ਵਿੱਚ ਸੰਗਰੂਰ ਵਿੱਚ ਅਪਣਾਇਆ ਗਿਆ ਅਤੇ ਉਸੇ ਦਾ ਮਲੇਰਕੋਟਲੇ ਵਿੱਚ, ਪਰ ਉਹ ਵੀ ਰੇਟ ਕੋਈ ਜ਼ਿਆਦਾ ਨਹੀਂ ਸੀਗੇ, ਪਰ ਉਹ ਲੋਕਾਂ ਨੂੰ ਲੱਗਿਆ ਵੀ ਚਲੋ ਸਾਡੇ ਰੇਟ ਠੀਕ ਨੇ। ਪਰ ਜਦੋਂ ਲੁਧਿਆਣੇ ਦੇ ਰੇਟ ਸੀ ਜਿਹੜੇ, ਉਹ ਤਾਂ ਬਹੁਤ ਬੇਸਿਕ ਰੇਟ ਥੋੜੇ ਬਣਾਏ ਗਏ। ਜਿਵੇਂ ਕੂਕਲਾ ਤਹਿਸੀਲ ਦਾ ਰੇਟ ਸੀ ਉਹ 6.5 ਲੱਖ ਰੁਪਇਆ ਪਾਇਆ ਗਿਆ, ਤੇ ਅੱਗੇ 6 ਲੱਖ ਤੋਂ ਲੈ ਕੇ 10 ਲੱਖ, ਕਿਤੇ ਜਿਵੇਂ ਆਹ ਜਿੱਥੇ ਹੁਣ ਜ਼ਮੀਨ ਅਕਵਾਇਰ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਆ, ਇੱਥੇ 12 ਲੱਖ ਰੁਪਇਆ ਛੋਟੇ ਪਿੰਡ ਖੰਡੂਰ ਦਾ ਰੇਟ ਚੱਕ ਕੇ ਪਾਇਆ ਗਿਆ। ਜਦੋਂ ਕਿ ਸਰਕਾਰ ਜੇ ਚਾਹੁੰਦੀ ਭਨੌੜ ਪਿੰਡ ਦਾ ਰੇਟ ਆ ਜਿਹੜਾ ਉਹ ਤਕਰੀਬਨ 30 ਲੱਖ ਰੁਪਈਏ ਤੋਂ ਉੱਤੇ ਆ ਕਲੈਕਟਰ ਰੇਟ ਆ ਜਿਹੜਾ, ਪਟਿਆਲੇ ਦੀ ਤਰ੍ਹਾਂ ਲੁਧਿਆਣੇ ਜ਼ਿਲ੍ਹੇ ਨੂੰ ਵੀ 30 ਲੱਖ ਰੇਟ ਮੰਨ ਕੇ ਯੂਨੀਫਾਰਮ ਅਵਾਰਡ ਸਾਰੇ ਜ਼ਿਲ੍ਹੇ ਵਿੱਚ ਪਾਇਆ ਜਾ ਸਕਦਾ ਸੀ, ਪਰ ਇੱਥੇ ਏਜੰਸੀਆਂ ਨੇ ਅਕਵਾਇਰ ਕਰਨ ਦੇ ਟਾਈਮ ਇਸ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ
रेट बना दिते जो कि धक्केशाही ना बनाए गए। हुण अगे जो गलबात चल रही सी फिर सानूं उस सरकार ते कोई आस ना रही। दोबारा जदों सीएम भगवंत मान बने फिर सानूं कुछ दोबारा आस जागी भी सीएम साहब शायद साडी गल सुणगे। ये गल सुनाउण दी खातर असीं जिन्ने भगवंत मान दे दोस्त मित्र सी नेड़े दे उन्हां सब नूं कहा भी सानूं मीटिंग दवाओ, पर सीएम साहब ने मीटिंग लई किसे नूं जस नहीं कीती। उस तो बाद पिछली 18 तरीक नूं जदों चंडीगढ़ विच संयुक्त मोर्चे वल्लों मोर्चा लाया गया 17 तरीक नूं, 18 तरीक नूं सीएम साहब ने फिर जथेबंदियां नूं मीटिंग दित्ती। उह मीटिंग दे विच साडी लोड़ संघर्ष कमेटी की गल भी रखी गई। उस दे विच सीएम साहब ने वादा किया कि छोटी यह मंग बड़ी जायज आ पर असी इस नूं सही तरीके नाल तुहानूं मुआवजा दवा के जमीनां ते कब्जा करांगे। पर कल इन्हां ने गल्लां बातां तां साडे नाल प्रशासन काफी दिन तों करदा रहा। सानूं कहा गया भी जिन्हां जिमीदारां ने पैसे चक ले ने असी उत्थे कब्जा करना चाहुंदे हां। असी भी कहता भी कोई गल नहीं उत्थे कब्जा कर लो, सानूं भी कोई इतराज नहीं जिथे पैसे चके गए ने, पर जिथे पैसे नहीं चके गए उत्थे कब्जा ना किया जाए। कल अचनचेत हमला बोल के भारी पुलिस फोर्स लैके सानूं जदों पता लग्या असी इन्ना कट भी कर ना सके क्योंकि एक लगती है जो हमला सी किया गया। प्रशासन ने साडियां गिरफ्तारियां पा के कब्जा कहड़ियां जमीनां ते कीता जिन्हां लोकां ने पैसे नहीं चके, जिन्हां ने पैसे चक ले उहदे ते कब्जा नहीं किया, उस जमीन दे विच आपणे ट्रैक्टर नहीं वाड़े। ये जिहड़ा जिमीदार होया ये सरासर धक्का होया। सीएम साहब ने कहिंदे कुछ ने ते करदे कुछ ने, इसलिए किसान भरावो डट के साडा साथ दवो। असी पैसे चक्कण तों उन्ना चिर रुके रहांगे जिन्ना चिर साडा जो रेट आ उह पूरा नहीं मिलदा। ये जो रेट दी असी गल कर रहे हां ये अज का मसला नहीं वीरो, पंजाब दीआं जमीनां नूं लुट्टण लई नक्शे तैयार हो चुके ने। जिहड़े जिमीदार भरा समझदे ने भी इह तां सड़क वालिआं दा मसला, इन्हां दी जमीन जांदी आ, इस तों अगे इन्हां ने सारे पंजाब दे विच पिंड पिंड जमीन अक्वायर करनी आ। जिहड़ा पिंड इन्हां नूं चंगा लग्गिआ करूगी इस पिंड दी जमीन लैणी आ, इह उस पिंड दे विच लकीर फेरिआ करनगे, लकीर फेर के कह दिया करनगे भी इह सानूं चाहीदी आ, जो मन मर्जी दा रेट दिया करनगे। साडी जो इह संघर्ष चल रिहा इस दे विच इही मंग आ भई जे सानूं रेट पूरे ना मिले। सीएम साहब आप कहना आंदा भी पंजाब उजड़ रहा इहनूं वसाउणा, फिर पंजाब वीरों बचूगा किवें? लोक तां अगे कनेडा नूं जे जहाज लग्गिआ खड़ा होवे भज के छालां मार के चढ़न नूं तैयार बैठे ने, जे साडीआं जमीनां ही लुट के लै गए फिर इत्थे आपां रहण जोगे तां रहांगे नहीं। पर जे पूरा रेट मिल जू उह जिमीदार कोई अगे पिछे जमीन खरीद सकदा, पर जे हुण जिवें साडे इहनां पिंडां च 12 लख रुपया रेट बनाया गया, 12 लख नूं जो साडे हक ने अगे उह दे के 50 लख रुपया बनदा, जदों के मार्केट रेट आ जिहड़ा उह 30 लख तक पहुंच चुक्या साडे जमीनां दा। अर अफसर साहिब मनदे वी आ, एनएच दे जो सीनियर ने सारे मनदे ने कहिंदे भी गलत हो गया, पर उहनूं ठीक करन दी जगह इन्हां ने कल धक्केशाही नाल कब्जे करने शुरू कर लिया। मैं जिन्नी जानकारी तुहानूं सारी सी सांझी कर दित्ती आ, इसलिए अगे जिवें भी किसान जथेबंदियां साडी अगवाई करनगियां असीं उहनां दे नाल लग के उसे तरह डट के खड़ांगे। जिन्ना चिर सानूं पूरा मुआवजा नहीं मिलता असीं पैसे नहीं चुकांगे अते लड़दे रहांगे। जिन्नियां भी किसान जथेबंदियां इत्थे पहुंचियां ने उन्हां दे लीडर साहिबान पहुंचे ने, मैं इत्थे पहुंचण ते सारिआं दा बहुत बहुत धन्नवाद करदा। वाहिगुरू जी का खालसा, वाहिगुरू जी की फतेह।